ਮਕੇਰੀਆਂ ਤਲਵਾਰਾਂ ਮਾਰਗ 'ਤੇ ਅੱਜ ਦੇਰ ਸ਼ਾਮ ਅੱਡਾ ਰੋਲੀ ਨਜ਼ਦੀਕ ਦੋ ਟਰੱਕਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ, ਜਿਸ ਵਿੱਚ ਇੱਕ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਹੋਣ ਕਾਰਨ ਡਰਾਈਵਰ ਟਰੱਕ ਦੇ ਅੰਦਰ ਹੀ ਫਸ ਗਿਆ, ਜਿਸ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਜ਼ਖਮੀ ਡਰਾਈਵਰ ਨੂੰ ਇਲਾਜ ਲਈ ਨਜ਼ਦੀਕੀ ਹੋਸਪਿਟਲ ਭੇਜ ਦਿੱਤਾ ਗਿਆ ਹੈ। ਇਸ ਘਟਨਾ ਸਥਾਨ 'ਤੇ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। मैं टेरस ऐसे तो आया था, मैं चंडीगढ़ से यहाँ टेरस रुक गया था। आज रात को खाली होनी थी 9 बजे यहाँ डमटाल जी। मेरे को बोले जो शाम ही चल पड़े ना, 9 बजे पहुँच जाओगे, आपका गली गाड़ी करा दूंगा। मैं इस घर के चल रहा, ये तो सीधा ही आगे ऊपर को मैं गड्डी खड़े है, यहाँ बंदे पुतरे खड़े थे। कौन सी तुम्हारी, कहाँ से जा रही थी? मैं ठहर रही है तलवाड़े साइड से आ रही है, तलवाड़ा से हाजीपुर को जा रही थी। हाजीपुर होते वो डमटाल जाना है। ओवरटेक ले रहा था वो, ओवरटेक ले रहा था। ओवरटेक कुछ नहीं, उसको पता नहीं नशा करे क्या करे, सीधा ही ऊपर को कर दिया गाड़ी, किधर को नहीं काट रहा उसने, मेरी तरफ को सामने को। वो तो मैं तो ब्रेक मार लिया ना, तो मेरे भी खत्म हो जाना था। कोई नुकसान तो नहीं? नहीं, मेरे को कुछ नहीं लग गया, मैं तो थोड़ा देखिया फिर टेढ़ा कर लिया शरीर, तब बचाव आया ना, तो जिस हिसाब से तो मेरे को भी कर देना। हाँ उसको भेज दिया है, वो एम्बुलेंस आई लेके चली गई। ਮੈਨੂੰ 5 ਮਿੰਟ ਪਹਿਲਾਂ ਹੋਇਆ ਹਾਦਸਾ ਵੀ, ਜਿੱਦਾਂ ਵੀ ਆਏ ਮੌਕੇ 'ਤੇ ਆਏ ਹਾਂ, ਅਤੇ ਜੇ ਸੀ ਬੀ ਲੈ ਕੇ ਬੰਦਾ ਖੜਦਾ, ਅਤੇ ਚਲੋ ਮੌਕੇ ਦਾ ਠੀਕ ਹੈ, ਬੰਦਾ ਭੇਜਤਾ ਕਿਤੇ। ਦੋਨੇ ਟਿੱਪਰ ਹੀ ਸੀਗੇ, ਟਰੱਕ ਹੀ ਸੀਗੇ ਦੋਨੇ? ਟਰੱਕ ਹੈ ਦੋਨੇ, ਅਸੀਂ ਜਿੱਦਾਂ ਪਤਾ ਨਹੀਂ ਟੱਕਰ ਕਿੱਦਾਂ ਹੋਈ ਸਾਡੇ ਆਉਣ ਤੋਂ 5 ਮਿੰਟ ਪਹਿਲੇ। ਅੱਛਾ, ਤੁਹਾਡੇ ਵੱਲ ਬਚਾਇਆ ਗਿਆ ਉਹਨਾਂ ਨੂੰ, ਅਤੇ ਕੀ ਕਹਿੰਦੇ ਨੂੰ, ਇੱਕ ਹੀ ਡਰਾਈਵਰ ਜ਼ਖਮੀ ਹੈ? ਨਾ, ਇੱਕ ਡਰਾਈਵਰ ਹੈ, ਇੱਕ ਠੀਕ ਹੈ। ਸਰ ਇਹ ਹਾਦਸਾ ਵਾਪਰਿਆ ਹੈ ਤਲਵਾੜਾ ਜਿਹੜਾ ਰੋਲੀ ਮੋੜ 'ਤੇ, ਕੀ ਹੋਇਆ, ਕੀ ਗੱਲ? ਐਕਸੀਡੈਂਟ ਹੋ ਗਿਆ ਦੋ ਟਿੱਪਰਾਂ ਦਾ ਆਪਸ ਵਿੱਚ। ਟਰੱਕ ਆ ਕੇ ਇੱਧਰੋਂ ਆ ਰਿਹਾ ਸੀਗਾ ਤਲਵਾੜੇ ਵੱਲੋਂ, ਇੱਕ ਤੋਂ ਹਾਜੀਪੁਰ ਤੋਂ ਆ ਰਿਹਾ ਸੀ, ਆਪਸ ਵਿੱਚ ਆਹਮੋ ਸਾਹਮਣੇ ਟੱਕਰ ਹੋ ਗਈ ਇਹਨਾਂ ਦੀ। ਅਤੇ ਜਿਹੜਾ ਹਾਜੀਪੁਰ ਵੱਲੋਂ ਆਉਂਦਾ ਸੀ ਉਹਨੂੰ ਇੰਜਰਡ ਹੈਗਾ ਜ਼ਿਆਦਾ, ਉਹਨੂੰ ਭੇਜ ਦਿੱਤਾ ਉੱਥੇ ਰਾਹਗੀਰਾਂ ਨੇ, ਬਾਕੀ ਹਜੇ ਦੇਖਦੇ ਹਾਂ ਸਰ। ਅਤੇ ਲੋਡ ਵੀ ਸੀਗੀ ਗੱਡੀ? ਦੇਖਦੇ ਹਾਂ, ਹਜੇ ਆਏ ਮੌਕੇ 'ਤੇ ਪਹੁੰਚ ਗਏ, ਦੇਖਦੇ ਹਾਂ ਸਰ।